ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਨ ਹੋ ਰਹੇ ਜੀ ਕਪਾਲ ਮੋਚਨ, ਇਹ ਹਰਿਆਣੇ ਦੇ ਵਿੱਚ ਜਮੁਨਾ ਨਗਰ ਜ਼ਿਲ੍ਹੇ ਦੇ ਲਾਗੇ ਬਿਲਾਸਪੁਰ ਸ਼ਹਿਰ ਹੈ। ਉਹਦੇ ਨਾਲ ਕਪਾਲ ਮੋਚਨ ਜਿਹੜਾ ਵਾ ਇਹ ਹਿੰਦੂ ਧਰਮ ਦਾ ਪੁਰਾਤਨ ਇਤਿਹਾਸਕ ਸਥਾਨ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇੱਥੇ ਆਉਂਦੇ ਆ, ਬਹੁਤ ਦੁਨੀਆ ਇੱਥੇ ਇਕੱਠੀ ਆ। ਇੱਕ ਸੇਠ ਜਿਹੜਾ ਸਾਧੂਆਂ ਨੂੰ ਸਾਰਿਆਂ ਨੂੰ ਭੋਜਨ ਛਕਾਉਂਦਾ, ਗੁਰੂ ਸਾਹਿਬ ਵੀ ਨਾਲ ਹਨ। ਸਾਧੂ ਭੋਜਨ ਛਕਣ ਲੱਗਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਸੇਠ ਦੇ ਘਰੇ ਬੱਚਾ ਪੈਦਾ ਹੋਇਆ। ਸੰਗਤ ਜੀ ਅਸੀਂ ਕਈ ਵਾਰੀ ਨਾ ਸਾਖੀਆਂ ਨੂੰ ਤਾਂ ਬੜਾ ਸਵਾਦ ਲੈ ਕੇ ਸੁਣ ਜਾਂਦਾ, ਪਰ ਜਦੋਂ ਗੁਰਬਾਣੀ 'ਚ ਅਸਲੀ ਸਿਧਾਂਤ ਆ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਦੱਸਿਆ, ਸਾਖੀ ਦੇ ਵਿੱਚ ਤਾਂ ਕੋਈ ਦੋ ਅੱਖਰ ਇੱਧਰ ਨੂੰ ਹੋ ਸਕਦੇ, ਦੋ ਉੱਧਰ ਨੂੰ ਹੋ ਸਕਦੇ, ਪਰ ਬਾਣੀ ਜਿਹੜੀ ਆ ਗੁਰਬਾਣੀ ਗੁਰੂ ਸਾਹਿਬ ਦੇ ਮੂੰਹ ਤੋਂ ਉਚਾਰੀ ਹੋਈ ਇੰਨ ਬਿੰਨ ਹੈ। ਇਹਦੇ ਵਿੱਚ ਬਹੁਤ ਹੀ ਜਿਹੜਾ ਇਹਦੇ ਅੱਜ ਦਾ ਜਿਹੜਾ ਇੱਥੋਂ ਦਾ ਇਤਿਹਾਸ ਆ ਬਹੁਤ ਹੀ ਕੀਮਤੀ ਸਿਧਾਂਤ ਹੈ। ਜਿਹੜਾ ਹਿੰਦੂ ਧਰਮ ਅਨੁਸਾਰ ਸੂਤਕ ਅਤੇ ਪਾਤਕ ਦੀ ਵਿਚਾਰ ਹੁੰਦੀ ਸੀ, ਸੂਤਕ ਹੁੰਦਾ ਜਦੋਂ ਕਿਸੇ ਘਰ 'ਚ ਜਨਮ ਹੋ ਜਾਏ ਤਾਂ ਉਹ ਘਰ ਨੂੰ ਪਵਿੱਤਰ ਮੰਨਿਆ ਜਾਂਦਾ, ਬ੍ਰਾਹਮਣ ਦਾ ਘਰ 11 ਦਿਨ ਲਈ, ਖੱਤਰੀ ਦਾ ਘਰ 13 ਦਿਨ ਲਈ, ਵੈਸ਼ ਦਾ ਘਰ 17 ਦਿਨ ਲਈ ਅਤੇ ਸ਼ੂਦਰ ਦਾ ਘਰ 30 ਦਿਨ ਲਈ ਅਪਵਿੱਤਰ ਮੰਨਿਆ ਜਾਂਦਾ। ਇੱਦਾਂ ਹੀ ਜਦੋਂ ਮੌਤ ਹੁੰਦੀ ਸੀ ਉਹਨੂੰ ਪਾਤਕ ਕਹਿੰਦੇ, ਸੂਤਕ ਅਤੇ ਪਾਤਕ ਦੀ ਵਿਚਾਰ ਜੀ। ਮੌਤ ਹੋ ਗਈ, ਹੁਣ ਗਿਆ ਇੰਨੇ ਦਿਨ ਵਾਸਤੇ, ਘਰ ਅਪਵਿੱਤਰ ਹੈ, ਇੱਥੇ ਕੁਛ ਨਹੀਂ ਹੋ ਸਕਦਾ, ਇੱਥੋਂ ਅਸੀਂ ਪ੍ਰਸ਼ਾਦਾ ਨਹੀਂ ਛਕ ਸਕਦੇ। ਉਹ ਪ੍ਰਸ਼ਾਦਾ ਜਿਹੜਾ ਸੇਠ ਛਕਾਉਣ ਦਿਆ ਹੁੰਦਾ ਸਾਧੂ ਛੱਡ ਦਿੰਦੇ ਆ, ਅਤੇ ਉਸ ਵੇਲੇ ਗੁਰੂ ਸਾਹਿਬ ਉਹਨਾਂ ਨੂੰ ਸਮਝਾਉਂਦੇ ਆ ਕਿ ਗੱਲ ਨੂੰ ਸਮਝੋ। ਇਹ ਆਸਾ ਦੀ ਵਾਰ ਦੇ ਵਿੱਚ ਸਲੋਕ ਗੁਰੂ ਸਾਹਿਬ ਨੇ ਰਚਿਆ, ਸਲੋਕ ਮਹੱਲਾ ਪਹਿਲਾ। ਜੇਕਰ ਸੂਤਕ ਮੰਨੀਏ ਸਭ ਤੋਂ ਸੂਤਕ ਹੋਏ, ਗੁਰੂ ਸਾਹਿਬ ਕਹਿੰਦੇ ਜੇ ਤਾਂ ਤੁਸੀਂ ਮੰਨ, ਦੋ ਹੀ ਗੱਲਾਂ ਹੁੰਦੀਆਂ, ਜਾਂ ਤਾਂ ਅਸੀਂ ਕਿਸੇ ਚੀਜ਼ ਨੂੰ ਮੰਨਦੇ ਹਾਂ ਜਾਂ ਨਹੀਂ ਮੰਨਦੇ। ਜੇ ਮੰਨਣ ਹੀ ਲੱਗ ਪਏ, ਗੁਰੂ ਸਾਹਿਬ ਕਹਿੰਦੇ ਜੇ ਤੂੰ ਮੰਨਣ ਹੀ ਲੱਗ ਪਿਆ ਨਾ ਸੂਤਕ ਨੂੰ, ਤਾਂ ਫਿਰ ਤਾਂ ਹਰ ਚੀਜ਼ 'ਚ ਹੀ ਸੂਤਕ ਆ, ਕਿਹੜੀ ਕਿਹੜੀ ਨੂੰ ਛੱਡੇਗਾ। ਜੇਕਰ ਸੂਤਕ ਮੰਨੀਏ ਸਭ ਤੋਂ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਇਹ ਲੱਕੜੀ ਅਤੇ ਗੋਹਾ ਜਿਹੜਾ ਤੂੰ ਕਿਚਨ ਦੇ ਵਿੱਚ ਯੂਜ਼ ਕਰ ਰਿਹਾ ਚੁੱਲ੍ਹੇ ਦੇ ਵਿੱਚ, ਗੋਹੇ ਦੇ ਵਿੱਚ ਵੀ ਕੀੜੇ ਆ ਜਿਹੜੇ ਜੰਮ ਰਹੇ ਮਰ ਰਹੇ ਆ, ਲੱਕੜੀ ਦੇ ਵਿੱਚ ਵੀ ਕੀੜੇ ਆ ਜਿਹੜੇ ਜੰਮ ਰਹੇ ਮਰ ਰਹੇ ਆ, ਫਿਰ ਉਹਨੂੰ ਵੀ ਨਾ ਯੂਜ਼ ਕਰੇਗਾ ਤੂੰ ਕਿਚਨ ਦੇ ਵਿੱਚ। ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਜਿਹੜੇ ਤੂੰ ਦਾਣੇ ਖਾ ਰਿਹਾ ਵਾ ਅੰਨ ਦੇ, ਜਿਹਨਾਂ ਨੂੰ ਉਹ ਦਾਣਿਆਂ ਦੇ ਵਿੱਚ ਵੀ ਜੀਵ ਆ। ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ, ਜਿਹੜਾ ਪਾਣੀ ਤੂੰ ਵਰਤ ਰਿਹਾ ਰਸੋਈ ਦੇ ਵਿੱਚ ਉਹ ਪਾਣੀ ਦੇ ਵਿੱਚ ਵੀ ਜੀਵ ਆ। ਅੱਗੇ ਵੀ ਆਪਾਂ ਗੱਲ ਕੀਤੀ ਸੀ ਕੁਛ ਧਰਮਾਂ ਵਾਲੇ ਜਿਹੜੇ ਉਹ ਪਾਣੀ ਨਹੀਂ ਵਰਤਦੇ, ਨਹਾਉਣਾ ਨਹੀਂ ਪਸੰਦ ਕਰਦੇ ਕਿ ਜੀਵ ਹੱਤਿਆ ਹੋ ਰਹੀ ਆ। ਸਾਨੂੰ ਗੁਰੂ ਸਾਹਿਬ ਨੇ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ, ਸਿੱਖਾ ਸਵੇਰੇ ਉੱਠ ਪਹਿਲਾਂ ਕੰਮ ਹੀ ਇਸ਼ਨਾਨ ਕਰਨ ਦਾ ਕਰ। ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ, ਸੂਤਕ ਕਿਉਂ ਕਰ ਰੱਖੀ ਹੈ, ਸੂਤਕ ਪਵੇ ਰਸੋਈ। ਮਹਾਰਾਜ ਕਹਿੰਦੇ ਕਿੱਦਾਂ ਸੂਤਕ ਤੇਰੇ ਘਰੋਂ ਉਤਰ ਜਾ ਸਕਦਾ, ਤੇਰੇ ਹਰ ਵੇਲੇ ਰਸੋਈ ਦੇ ਵਿੱਚ ਵੜਿਆ ਹੋਇਆ। ਨਾਨਕ ਸੂਤਕ ਏਵ ਨਾ ਉਤਰੇ ਗਿਆਨ ਉਤਾਰਿਆ ਧੋਏ। ਇੱਦਾਂ ਤਾਂ ਜਦੋਂ ਤੂੰ ਵਹਿਮ 'ਚ ਫਸ ਗਿਆ ਨਾ ਸੂਤਕ ਦੇ, ਫਿਰ ਨਹੀਂ ਤੇਰੇ ਅੰਦਰੋਂ ਨਿਕਲਣਾ, ਇਹਨੂੰ ਤਾਂ ਗਿਆਨ ਹੀ ਤੇਰੇ ਅੰਦਰੋਂ ਧੋ ਕੇ ਕੱਢ ਸਕਦਾ। ਨਾਨਕ ਸੂਤਕ ਏਵ ਨਾ ਉਤਰੇ ਗਿਆਨ ਉਤਾਰਿਆ ਧੋਏ। ਇੱਥੋਂ ਤੱਕ ਮੁੜ ਕੇ ਆ ਜਾਂਦਾ ਮਹੱਲਾ ਪਹਿਲਾ। ਗੁਰੂ ਸਾਹਿਬ ਕਹਿੰਦੇ ਜੇ ਸੂਤਕ ਸਮਝਣਾ ਹੀ ਹੋ ਨਾ ਇੱਦਾਂ ਸਮਝ। ਸਿੱਖਾ ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਤੇਰੇ ਮਨ ਨੂੰ ਲਾਲਚ ਦਾ ਸੂਤਕ ਚੰਬੜ ਗਿਆ, ਬੁਰਿਆਈ ਚੰਬੜ ਗਈ, ਅਪਵਿੱਤਰਤਾ ਚੰਬੜ ਗਈ, ਤੇਰੀ ਜੀਭ ਨੂੰ ਝੂਠ ਬੋਲਣ ਦੀ ਅਪਵਿੱਤਰਤਾ ਚੰਬੜ ਗਈ। ਅੱਖੀ ਸੂਤਕ ਵੇਖਣਾ ਪਰਤਰੇ ਪਰ ਧਨ ਰੂਪ, ਪਰਤਰੇ ਪਰ ਧਨ ਰੂਪ। ਅੱਖਾਂ ਦੇ ਨਾਲ ਤੂੰ ਪਰਾਈ ਇਸਤਰੀ ਵੇਖਦਾ ਵਾਂ, ਉਹਦਾ ਪਰਾਈ ਇਸਤਰੀ ਦਾ ਰੂਪ ਦੇਖਦਾ ਵਾਂ, ਪਰਾਏ ਧਨ ਨੂੰ ਦੇਖਦਾ, ਤੇਰੀਆਂ ਅੱਖਾਂ ਨੂੰ ਸੂਤਕ ਚੰਬੜ ਗਿਆ। ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤਰੇ ਪਰ ਧਨ ਰੂਪ। ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਏ, ਤੇਰੇ ਕੰਨਾਂ ਦੀ ਅਪਵਿੱਤਰਤਾ ਹੋ ਗਈ, ਸੂਤਕ ਚੰਬੜ ਗਿਆ ਤੈਨੂੰ, ਤੂੰ ਹਰ ਵੇਲੇ ਨਿੰਦਿਆ ਸੁਣਨ ਦੇ ਵਿੱਚ ਮਸਤ ਹੋ ਗਿਆ। ਨਾਨਕ ਹੰਸਾ ਆਦਮੀ ਵੱਧੇ ਜੰਪੁਰ ਜਾਏ, ਯਾਦ ਰੱਖਿਓ ਹੰਸ ਵਰਗਾ ਆਦਮੀ ਜਿਹੜਾ ਬਹੁਤ ਪਵਿੱਤਰ ਆ, ਇਹ ਜਿਹੜੇ ਸੂਤਕ ਚੰਬੜਨ ਕਰਕੇ ਉਹ ਅਪਵਿੱਤਰ ਹੋ ਜਾਂਦਾ। ਨਾਨਕ ਹੰਸਾ ਆਦਮੀ ਵੱਧੇ ਜੰਮਪੁਰ ਜਾਏ, ਉਹਨੂੰ ਬੰਨ ਕੇ ਜੰਮਪੁਰੀ ਨਰਕ ਵਿੱਚ ਸੁੱਟਿਆ ਜਾਂਦਾ। ਇਹ ਗੁਰੂ ਨਾਨਕ ਦੇਵ ਸਾਹਿਬ ਦੇ ਬਚਨ ਹਨ। ਪਹਿਲਾਂ ਸਲੋਕ ਰਚਿਆ, ਫਿਰ ਮਹੱਲਾ ਰਚਿਆ, ਹੁਣ ਅਗਲਾ ਮਹੱਲਾ ਆ ਗਿਆ, ਫਿਰ ਮਹੱਲਾ ਪਹਿਲਾ। ਮਹਾਰਾਜ ਕਹਿੰਦੇ ਸਭੋ ਸੂਤਕ ਭਰਮ ਹੈ, ਜਿੰਨਾ ਤੂੰ ਸੂਤਕ ਦਾ ਗੱਲ ਕਰਦਾ ਸਾਰਾ ਭਰਮ ਆ, ਇਹਨੂੰ ਛੱਡ ਦੇ। ਸਭੋ ਸੂਤਕ ਭਰਮ ਹੈ, ਦੂਜੇ ਲੱਗਿਆ ਜਾਏ ਤੈਨੂੰ ਪਰਮੇਸ਼ਰ ਨਾਲੋਂ ਤੋੜ ਕੇ ਦੂਜੇ ਪਾਸੇ ਜੋੜ ਰਿਹਾ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਕਹਿੰਦੇ ਤੂੰ ਜੰਮਣ 'ਤੇ ਸੂਤਕ ਕਰੀ ਜਾਂਦਾ, ਮਰਨ 'ਤੇ ਪਾਤਕ ਕਰੀ ਜਾਂਦਾ। ਕਹਿੰਦੇ ਜੰਮਣਾ ਅਤੇ ਮਰਨਾ ਇਹ ਸਾਰਾ ਹੁਕਮ 'ਚ ਹੈ ਪਰਮੇਸ਼ਰ ਦੇ, ਅਤੇ ਜਿਹੜੀ ਉਹਦੇ ਹੁਕਮ 'ਚ ਚੀਜ਼ ਆ ਉਹ ਪਵਿੱਤਰ ਕਿੱਦਾਂ ਹੋ ਗਈ। ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕਿਸ ਨਾਹੀ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ।
ਦਿੱਤੋਂ ਰਿਜਕ ਸੰਭਾਹ ਹੈ, ਤੈਨੂੰ ਪਰਮੇਸ਼ਰ ਨੇ ਰਿਜਕ ਦਿੱਤਾ ਸਾਰਿਆਂ ਨੂੰ, ਇਹ ਜਿਹੜਾ ਖਾਣਾ ਪੀਣਾ ਪਵਿੱਤਰ ਆ। ਇਹਦਾ ਮਤਲਬ ਇੱਥੇ ਇਹ ਨਹੀਂ ਹੈਗਾ ਕਿ ਅਸੀਂ ਜੋ ਖੇ ਪਾਸ ਖਾਣ ਲੱਗ ਪੈਂਦੇ ਹਾਂ ਅਤੇ ਉਹ ਚੀਜ਼ਾਂ ਜਿਹੜੀਆਂ ਵਾ ਉੱਥੇ, ਹੁਣ ਸਮਾਂ ਦੀ ਵਿਚਾਰ ਕਰਦਿਆਂ ਮੈਂ ਵਿਚਾਰ ਨਹੀਂ ਕਰ ਸਕਦਾ, ਪਰ ਇੱਥੇ ਉਹ ਨਹੀਂ ਵੀ ਜੋ ਮਰਜ਼ੀ ਤੂੰ ਜਿੱਥੋਂ ਮਰਜ਼ੀ ਖਾਣੀ ਜਾਏ, ਪਰ ਇਹ ਖਾਣਾ ਪੁੱਜਦਾ ਜਿਹਦੇ ਵਿੱਚ ਤੂੰ ਸੂਤਕ ਪਾਤਕ ਦੀ ਵਿਚਾਰ ਕਰਦਾ ਉਹ ਛੱਡ, ਕਹਿੰਦੇ ਜਿਹੜਾ ਤੂੰ ਖਾ ਰਿਹਾ ਪਵਿੱਤਰ ਹੈ। ਨਾਨਕ ਜਿੰਨੀ ਗੁਰਮੁਖ ਬੁੱਝਿਆ ਤਿੰਨਾਂ ਸੂਤਕ ਨਾਏ। ਜਿਹੜੇ ਗੁਰਸਿੱਖ ਇਸ ਗੱਲ ਨੂੰ ਸਮਝ ਲੈਂਦੇ ਹਨ, ਬੁੱਝ ਲੈਂਦੇ ਹਨ, ਆਪਣੀ ਜੀਵਨ ਵਿੱਚ ਵਿਚਾਰ ਲੈਂਦੇ ਹਨ, ਜੀਵਨ ਵਿੱਚ ਧਾਰ ਲੈਂਦੇ ਹਨ, ਉਹਨਾਂ ਦੇ ਉੱਤੇ ਸੂਤਕ ਦਾ ਕੋਈ ਅਸਰ ਨਹੀਂ ਹੈ। ਸੋ ਜੇ ਸਾਡੀ ਸਿੱਖ ਕੌਮ ਦੀ 2 ਕਰੋੜ ਗਿਣਤੀ ਆ ਤਾਂ ਉਹਦੇ ਵਿੱਚੋਂ 1 ਕਰੋੜ ਅਤੇ 90 ਲੱਖ ਜਿਹੜਾ ਵਾ ਉਹ ਸੂਤਕ ਦੀ ਵਿਚਾਰ ਕਰ ਰਿਹਾ, ਅਤੇ ਸਮਝ ਲਓ ਕਿ ਉਹਨੇ ਗੁਰੂ ਸਾਹਿਬ ਦੀ ਗੱਲ ਨੂੰ ਅਜੇ ਬੁੱਝਿਆ ਨਹੀਂ। ਨਾਨਕ ਜਿੰਨੀ ਗੁਰਮੁਖ ਬੁੱਝਿਆ ਤਿੰਨਾਂ ਸੂਤਕ ਨਾਏ। ਹੁਣ ਆਪਾਂ ਸ਼ੁਰੂ 'ਚ ਗੱਲ ਕੀਤੀ ਕਿ ਹਿੰਦੂ ਧਰਮ ਅਨੁਸਾਰ ਇਹ ਹੈਗੇ 11 ਦਿਨ, 13 ਦਿਨ, 17 ਦਿਨ ਅਤੇ 30 ਦਿਨ ਸ਼ੂਦਰ ਵਾਸਤੇ, ਅਤੇ ਸਿੱਖ ਉਹ ਤੋਂ ਵੀ ਨੀਵਾਂ ਚੱਲ ਗਿਆ, 40-41 ਦਿਨ ਦਾ ਸੂਤਕ ਬਣਾ ਕੇ ਬਹਿ ਗਿਆ। ਘਰ 'ਚ ਬੱਚਾ ਪੈਦਾ ਹੋ ਗਿਆ, ਕਿਸੇ ਨੇ ਪੱਤੇ ਬੰਨ ਲਏ, ਕਿਸੇ ਨੇ ਹੋਰ ਵਿਚਾਰ ਕਰ ਲਈ, ਇਹ ਜੀ ਇਹ ਚੌਂਕੇ 'ਚ ਨਹੀਂ ਵੜ ਸਕਦੀ, ਆਹ ਹੋ ਗਿਆ ਜੀ ਇਹ ਪਵਿੱਤਰ ਹੋ ਗਿਆ, 2 ਹੀ ਗੱਲਾਂ ਜੀ, ਜਾਂ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੈਗੇ ਹਾਂ ਜਾਂ ਨਹੀਂ ਹੈਗੇ। ਜੇ ਹੈਗੇ ਹਾਂ ਤਾਂ ਸਾਡਾ ਸੂਤਕ ਨਾਲ ਕੋਈ ਲੈਣਾ ਦੇਣਾ ਨਹੀਂ, ਅਤੇ ਜੇ ਸੂਤਕ ਨਾਲ ਲੈਣਾ ਦੇਣਾ ਵਾ ਤਾਂ ਫਿਰ ਗੁਰੂ ਨਾਨਕ ਦੇਵ ਜੀ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਇਹ ਸਾਫ਼ ਜਿਹੜੀ ਕਲੀਅਰ ਕੱਟ ਗੱਲ ਹੁੰਦੀ ਆ, ਸਿਆਣੇ ਕਹਿੰਦੇ ਆ 100 ਹੱਥ ਰੱਸਾ ਸਿਰੇ ਨੂੰ ਗੰਢ, ਇਹ ਗੁਰੂ ਨਾਨਕ ਦੇਵ ਜੀ ਨੇ ਸਾਫ਼ ਕਹਿਤਾ, ਜਿਹਦਾ ਗੁਰੂ ਵੱਲ ਨੂੰ ਮੁੱਖ ਹੋ ਗਿਆ, ਜਿਹਨੇ ਇਹ ਗੱਲ ਨੂੰ ਸਮਝ ਲਿਆ, ਉਹਦੀ ਜ਼ਿੰਦਗੀ 'ਚ ਸੂਤਕ ਦਾ ਲੈਣਾ ਦੇਣਾ ਕੋਈ ਨਹੀਂ। ਸੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ, ਇਹੋ ਜਿਹੇ ਵਹਿਮਾਂ ਭਰਮਾਂ 'ਚ ਨਾ ਪਿਆ ਕਰੋ, ਕਿਤੇ ਤਾਂ ਗੁਰੂ ਦੀ ਮੰਨ ਲਈਏ। ਹਰ ਥਾਂ ਅਸੀਂ ਚਾਹੁੰਦੇ ਗੁਰੂ ਸਾਡੇ ਅਨੁਸਾਰ ਚੱਲੇ, ਨਾ ਕਿ ਅਸੀਂ ਗੁਰੂ ਅਨੁਸਾਰ ਚੱਲੀਏ। ਹਰ ਥਾਂ ਹੀ ਗੰਗਾ ਉਲਟੀ ਵਹਾਉਣ 'ਤੇ ਬੈਠ ਗਏ ਹਾਂ ਅਸੀਂ। ਇਸੇ ਸਥਾਨ 'ਤੇ ਇੱਕ ਸਥਾਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਇੱਥੇ ਆਉਣ ਦੀ ਜੱਚ ਬਣਿਆ, ਦੂਜਾ 10ਵੇਂ ਪਾਤਸ਼ਾਹ ਇੱਥੇ ਆਉਂਦੇ ਆ, ਜਦੋਂ ਪੌਂਟਾ ਸਾਹਿਬ ਤੋਂ ਪੰਘਾਣੀ ਦੀ ਜੰਗ ਜਿੱਤ ਕੇ ਗੁਰੂ ਸਾਹਿਬ ਇੱਥੇ ਆਉਂਦੇ ਆ, 52 ਦਿਨ ਇੱਥੇ ਰਹਿੰਦੇ ਆ। ਇੱਥੇ ਲਾਗੇ ਇੱਕ ਹਿੰਦੂ ਪਰਿਵਾਰ ਆ, ਪੰਡਿਤਾਂ ਦਾ ਪਰਿਵਾਰ ਆ, ਗੁਰੂ ਸਾਹਿਬ ਨੇ ਆਪਣੇ ਹੱਥੀਂ ਹੁਕਮਨਾਮਾ ਸਾਹਿਬ ਲਿਖ ਕੇ ਦਿੱਤਾ ਵਾ, ਹੋਈਆਂ ਭੁੱਲਾਂ ਦੀ ਮਾਫ਼ੀ, ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ, ਸਾਡਾ ਬਣਾਇਆ ਵੀਡੀਓ ਅਤੇ ਤੁਹਾਡਾ ਸੁਣਿਆ ਤਾਂ ਹੀ ਸਫਲਾ ਜੇ ਅਸੀਂ ਗੁਰੂ ਦੀ ਗੱਲ ਮੰਨਣੀ। ਆਓ ਗੁਰੂ ਦੇ ਸਿੱਖ ਕਹਾਉਣ ਵਾਲੇ ਹੋ, ਗੁਰੂ ਦੇ ਸਿੱਖ ਬਣੀਏ, ਇਹ ਨਾ ਹੋ ਜੇ ਕਹਾਉਂਦੇ ਰਹਿ ਜਾਈਏ, ਜਾਣ ਲੱਗਿਆਂ ਸਾਡੀ ਬਾਂਹ ਫੜਨ ਵਾਲਾ ਕੋਈ ਵੀ ਨਾ ਹੋਵੇ। ਹੋਈਆਂ ਭੁੱਲਾਂ ਦੀ ਮੁਆਫ਼ੀ ਸ਼ੇਅਰ ਜ਼ਰੂਰ ਕਰਿਆ ਕਰੋ, ਇਹ ਸਾਡੇ ਗੁਰੂ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਨਾਨਕ, ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕੱਲ੍ਹ ਰਾਖੀ ਮੇਰੀ, ਜਿਨ੍ਹਾਂ ਨੇ ਸਾਡੀ ਰੱਖੀ ਆ ਅਤੇ ਜਿਨ੍ਹਾਂ ਨੇ ਰੱਖਣੀ ਆ। ਆਓ ਮੰਨੀਏ, ਵਿਚਾਰੀਏ, ਜੀਵਨ 'ਚ ਧਾਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।